पंजाब दे विच जिथे इलैक्शनां चल रही ने उत्थे नगर कौंसल दी इलैक्शनां नाभा दे विच भी चल रही ने। तुसीं तस्वीरां साफ देख सकते हो, एस पी मैम पहुँच चुके हैं ते इत्थे जोरदार जिहड़ा हंगामा हो चुका है ते जिहड़ी वोटिंग है उन्हें रोक दिता है ते साडे नाल कुछ नुमाइंदे भी मौजूद ने, उन्होंने गलबात सर की गल हुई है इत्थे सारी। देखो जी, एक बार नहीं, दो बार नहीं, तीजी बार हो गया। तीजी बार बंदे जिहड़े बाहरों आए हुए सी, तीजी बार पोलिंग बूथ विच एंटर किए ने। जिमें ही इतों पुलिस इधर उधर होंगी नाल दे बंदे एंटर कर जाते हैं। तीन चार बार रिक्वेस्ट की है कि अपने मुलाजम ने इत ही रखो जी, एस पी मैम तीजी बार आए हैं, उन्होंने रिक्वेस्ट की है कि दोनों जगह से रोक लो, बट ये नहीं रोक पा रहे, रोकना नहीं चाहते कि रोक नहीं पा रहे, पता नहीं लग रहा, बट बंदे अंदर जाते हैं फिर बाहर आते हैं। इलीगल वोटिंग हो रही है जी, कोई सुनवाई नहीं कर रहा, कंधा टपके आ रहे हैं, कंधा टपके जा रहे हैं, बाद में एडमिट भी नहीं करते कि बंदे अंदर है। ਕਿਹੜੀ ਪਾਰਟੀ ਦੇ ਤੁਸੀਂ ਮੰਨਦੇ ਹੋ? ਕਿਹੜੀ ਮੈਂ ਕਿਸੇ ਪਾਰਟੀ ਤੋਂ ਨਹੀਂ ਆ ਜੀ, ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਹਾਂ, ਬਟ ਜਿਹੜੀ ਪੋਲਿੰਗ ਹੈ ਉਹ ਫੇਅਰ ਨਹੀਂ ਹੋ ਰਹੀ ਹੈ ਜੀ ਇੱਥੇ ਬਿਲਕੁਲ ਵੀ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਅੰਦਰ ਵੋਟਿੰਗ ਕਰਾ ਰਹੇ ਨੇ, ਕਿਹੜੀ ਪਾਰਟੀ ਦੇ ਨੁਮਾਇੰਦੇ ਜਿਹੜੇ ਵੜ ਕੇ ਅੰਦਰ ਵੋਟਿੰਗ ਕਰ ਰਹੇ ਨੇ? ਬੰਦੇ ਹੈ ਹੀ ਅਨਆਈਡੈਂਟੀਫਾਈਡ ਨੇ, ਸਾਨੂੰ ਪਤਾ ਹੀ ਨਹੀਂ ਬੰਦੇ ਕੌਣ ਨੇ ਉਹ, ਨਾ ਸਾਡੇ ਵਾਰਡ ਦੇ ਨੇ, ਨਾ ਸਾਡੇ ਸ਼ਹਿਰ ਦੇ ਨੇ, ਪਤਾ ਨਹੀਂ ਕਿਹੜੇ ਪਿੰਡਾਂ ਤੋਂ ਆਏ ਨੇ, ਕਿਹੜੇ ਸ਼ਹਿਰਾਂ ਤੋਂ ਆਏ ਨੇ, ਕੁਛ ਨਹੀਂ ਪਤਾ ਬੰਦਿਆਂ ਦਾ, ਪਛਾਣ ਹੀ ਨਹੀਂ ਹੋ ਰਹੀ, ਉਹ ਭੱਜ ਜਾਂਦੇ ਨੇ। ਜਿਵੇਂ ਪੁਲਿਸ ਇੱਧਰ ਉੱਧਰ ਹੁੰਦੀ ਹੈ ਨਾਲ ਦੇ ਬੰਦੇ ਐਂਟਰ ਕਰਦੇ ਨੇ ਪੋਲਿੰਗ ਕਰਕੇ ਫਿਰ ਬਾਹਰ ਚਲੇ ਜਾਂਦੇ ਨੇ। ਇਸ ਆਜ਼ਾਦ ਉਮੀਦਵਾਰ ਜਿਨ੍ਹਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਅਸੀਂ ਪੋਲਿੰਗ ਜਿਹੜੀ ਹੋ ਰਹੀ ਹੈ ਬਹੁਤ ਗਲਤ ਹੋ ਰਹੀ ਹੈ, ਅਤੇ ਤੁਸੀਂ ਸਾਫ਼ ਤਸਵੀਰਾਂ ਇੱਥੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਕਿ ਇੱਥੇ ਜਿਹੜੀ ਹੈਗੀ ਹੈ ਪੁਲਿਸ ਨੇ ਆ ਕੇ ਸਾਰਿਆਂ ਨੂੰ ਭਜਾਇਆ ਗਿਆ, ਸਾਡੇ ਨਾਲ ਕਾਂਗਰਸ ਦੇ ਵੀ ਨੁਮਾਇੰਦੇ ਸਰ, ਕੀ ਗੱਲ ਹੋਈ ਹੈ ਸਾਰੀ ਇੱਥੇ? ਕੋਈ ਧੱਕਾ ਨਹੀਂ ਹੋ ਰਿਹਾ ਜੀ, ਬਿਲਕੁਲ ਇਹ ਜੇ ਆਜ਼ਾਦ ਉਮੀਦਵਾਰ ਹੈ, ਇਹ ਗੁੰਡਾਗਰਦੀ ਕਰ ਰਿਹਾ। ਸਵੇਰ ਤੋਂ ਹੀ ਅਸੀਂ ਕਈ ਵਾਰ ਰੋਕ ਚੁੱਕੇ ਇਹਨਾਂ ਨੂੰ ਵੀ ਤੁਸੀਂ ਗੁੰਡਾਗਰਦੀ ਨਾ ਕਰੋ, ਇਹ ਇੱਥੇ ਖੜ ਕੇ ਕਿਸੇ ਨਾ ਕਿਸੇ ਬਹਾਨੇ ਲੋਕਾਂ ਨੂੰ ਕੁਛ ਨਾ ਕੁਛ ਵੀ ਆਪਣਾ ਇੰਨਾ ਨੰਬਰ ਬਟਨ ਦੱਬੋ, ਇੰਨੇ ਨੰਬਰ ਬਟਨ ਦੱਬੋ ਕਹੀ ਜਾ ਰਹੇ ਨੇ। ਅਸੀਂ ਬਾਰ ਬਾਰ ਇਹਨੂੰ ਬੇਨਤੀ ਕਰਦੇ ਹਾਂ ਪਰ ਇਹ ਕੋਈ ਸੁਣਵਾਈ ਨਹੀਂ ਕਰ ਰਹੇ। ਇਹਨਾਂ ਨੇ ਹੁਣ ਜਾਣ ਬੁੱਝ ਕੇ ਇਹਨਾਂ ਦੇ ਬੰਦਿਆਂ ਨੇ ਇੱਟਾਂ ਮਾਰੀਆਂ ਨੇ ਅੰਦਰ ਇੱਟਾਂ। ਅਸੀਂ ਪੁਲਿਸ ਨੂੰ, ਪ੍ਰਸ਼ਾਸਨ ਨੂੰ ਇਹੀ ਕਿਹਾ ਵੀ ਇੱਟਾਂ ਕਿਹਦੀ ਸ਼ਾਇਦ ਮਾਰ ਰਹੇ ਨੇ ਇਹ ਅੰਦਰ, ਇੱਟਾਂ ਮਾਰੀਆਂ ਨੇ। ਇਹ ਮਤਲਬ ਕੋਈ ਵੀ ਗਲਤ ਕੰਮ ਨਹੀਂ ਹੋਇਆ, ਇੱਕ ਵੋਟ ਜਾਲੀ ਨਹੀਂ ਪੈ ਰਹੀ, ਸਿਰਫ ਇਹ ਪ੍ਰਸ਼ਾਸਨ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਨੇ ਵੀ ਇੱਟਾਂ ਮਾਰੀਏ ਅਤੇ ਹਾਲਾਤ ਖਰਾਬ ਕਰੀਏ ਸ਼ਹਿਰ ਦੇ, ਹੋਰ ਕੋਈ ਗੱਲ ਨਹੀਂ ਹੈਗੀ। ਬਿਲਕੁਲ ਸ਼ਾਂਤਮਈ ਮਾਹੌਲ ਚੱਲਦਾ, ਉਦੋਂ ਇਹਨਾਂ ਨੂੰ ਥੋੜ੍ਹਾ ਹੋਰ ਜ਼ਿਆਦਾ ਤਕਲੀਫ ਹੋ ਜਾਂਦੀ ਹੈ ਵੀ ਅਸੀਂ ਸ਼ਾਂਤਮਈ ਵੋਟਾਂ ਪੈ ਗਈਆਂ ਤਾਂ ਕਿਵੇਂ ਪੈ ਜਾਵਾਂ। ਇਹਨਾਂ ਇਹ ਆਪਣੀ ਹਾਰ ਤੋਂ ਬੁਖਲਾ ਕੇ ਇਹ ਕੁਛ ਕਰ ਰਹੇ ਨੇ, ਕੋਈ ਧੱਕੇਸ਼ਾਹੀ ਨਹੀਂ ਹੋ ਰਹੀ ਇਹਨਾਂ ਨਾਲ। ਕਾਂਗਰਸ ਦੇ ਨੁਮਾਇੰਦੇ ਤੁਸੀਂ ਤਸਵੀਰਾਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਗੱਲਬਾਤ ਹੋ ਰਹੀ ਹੈ। ਸਰ ਕੀ ਗੱਲ ਹੋਈ ਹੈ ਸਾਰੀ, ਤੁਸੀਂ ਇੱਥੇ ਜਿਹੜਾ ਹੰਗਾਮਾ ਹੋਇਆ? ਮੈਡਮ ਜੀ ਜਦ ਤੱਕ ਖੜ੍ਹੇ ਸੀਗੇ ਤਦ ਤੱਕ ਇੱਥੇ ਕੋਈ ਰੋਲਾ ਗੋਲਾ ਨਹੀਂ ਪਿਆ ਸਰ। ਮੈਡਮ ਦੇ 5 ਮਿੰਟ ਜਾਂ 7 ਮਿੰਟ ਵਜਾ ਬਾਅਦ ਉੱਥੋਂ ਉਹਨਾਂ ਦੇ ਬੰਦੇ ਜਿਹੜੇ ਸਾਡੇ ਵਾਰਡ ਦੇ ਨਹੀਂ ਹੈਗੇ, ਕੋਈ ਪਿੰਡਾਂ ਦੇ ਮੁੰਡੇ ਨੇ ਸਰ, ਉਹ ਉੱਥੋਂ ਭੱਜ ਕੇ ਇੱਧਰ ਪੈ, 4 ਬੰਦੇ ਖੜ੍ਹੇ ਨੇ, ਖੜ੍ਹੇ ਖੜ੍ਹੇ ਇੱਕੋ ਦਮ ਅੰਦਰ ਵੜੇ ਨੇ ਸਰ। ਮੈਂ ਖੁਦ ਆਪਣੀ ਅੱਖਾਂ ਨਾਲ ਦੇਖਿਆ, ਦੇਖੋ ਮੈਂ ਦੁੱਧ ਪੀਂਦਾ ਬੱਚਾ ਨਹੀਂ ਹੈ ਸਰ, ਮੇਰੇ ਬੱਚੇ ਵੀ ਮੇਰੇ ਹਾਂ ਦੇ ਬਰਾਬਰ ਦੇ ਹੋਣਗੇ ਇਸ ਟਾਈਮ। ਸਭ ਤੋਂ ਵੱਡੀ ਗੱਲ ਹੈ ਸਰ, ਜਦ ਤੁਸੀਂ ਇਲੈਕਸ਼ਨ ਜਿੱਤ ਰਹੇ ਹੋ ਆਪਣੇ ਹੱਕ 'ਤੇ ਜਿੱਤੋ, ਬੇਈਮਾਨੀ ਕਰਕੇ ਨਾ ਜਿੱਤੋ। ਜਦ ਤੁਸੀਂ ਬੇਈਮਾਨੀ ਕਰਕੇ ਜਿੱਤਣੇ ਆ ਫਿਰ ਸਾਡੇ ਲੋੜ ਕੀ ਹੈ ਇਲੈਕਸ਼ਨ ਕਰਾਉਣ ਦੀ? ਫਿਰ ਸਿੱਧੇ ਹੀ ਕਹਿ ਦਿਓ ਅਸੀਂ ਵੀ ਉਮੀਦਵਾਰ, ਅਸੀਂ ਪੱਕੇ ਆ, ਸਾਡੇ ਪ੍ਰਧਾਨ ਮੰਤਰੀ ਸਾਡੇ ਹੋ ਗਏ, ਮੁੱਖ ਮੰਤਰੀ ਸਾਡਾ ਹੋ ਗਿਆ, ਸਭ ਸਾਡੇ ਹੋ ਗਏ। ਸਾਰੇ ਕਿਉਂ ਡਰਾਮੇ ਕਿਤੇ ਜਾ ਰਹੇ ਨੇ? ਪਬਲਿਕ ਨੇ ਕਿਉਂ ਪੁੱਛਿਆ? ਇੰਨੀ ਜਨਤਾ ਖੜੀ ਹੈ ਸਰ, ਤੁਹਾਡੀ ਖੁਦ ਦੀ ਡਿਊਟੀ ਲੱਗੀ ਹੋਈ ਹੈ, ਆ ਸਾਡੇ ਭਾਈ ਸਾਹਿਬ ਖੜੇ, ਯੂਨੀਫਾਰਮ ਪੰਜਾਬ ਪੁਲਿਸ ਖੜੀ ਹੈ, ਇਹਨਾਂ ਦੇ ਹੁੰਦੇ ਵੀ ਤੁਸੀਂ ਇਹ ਦੇਖੋ ਸਰ, ਬੰਦੇ ਕਿੱਥੋਂ ਆ ਰਹੇ ਨੇ, ਕਿਉਂ ਅੰਦਰ ਜਾ ਰਹੇ ਸਰ ਬਾਰ ਬਾਰ? ਅਸੀਂ ਇੱਕ ਵਾਰ ਰੋਕਤਾ ਇਹਨਾਂ ਨੂੰ, ਦੋ ਵਾਰ ਰੋਕਤਾ, ਹੁਣ ਤਾਂ ਖੁਦ ਅਸੀਂ ਆਰਾਮ ਨਾਲ ਸ਼ਾਂਤੀ ਨਾਲ ਬੈਠੇ ਹੋਏ ਸਰ ਇੱਕ ਸਾਈਡ 'ਤੇ, ਫਿਰ ਵੀ ਇਹਨਾਂ ਨੇ ਉੱਥੋਂ ਬੰਦੇ ਆਏ ਅਤੇ ਅੰਦਰ ਗਏ ਨੇ। ਕਿਹੜੀ ਪਾਰਟੀ ਨੂੰ ਤੁਸੀਂ ਕਹਿੰਦੇ ਹੋ ਕਿਹੜੀ ਪਾਰਟੀ ਹੈ ਸਰ? ਅਸੀਂ ਬਠਿੰਡਾ ਮਹੱਲਾ ਯੂਨੀਅਨ ਦੇ ਹਾਂ, ਬਠਿੰਡਾ ਮਹੱਲੇ ਦੇ ਹਾਂ ਅਸੀਂ, ਸਾਡੇ ਕੋਈ ਯੂਨੀਅਨ ਨਹੀਂ ਹੈ, ਕੁਛ ਨਹੀਂ ਹੈ, ਅਸੀਂ ਸਾਡੀ ਮਹੱਲਾ ਏਕਤਾ ਦੇ ਵਿੱਚ ਇਕੱਠੇ ਕਰੇ ਹਾਂ। ਸਾਡੀ ਮਹੱਲਾ ਏਕਤਾ ਹੈ, ਬਾਹਰਲੇ ਬੰਦੇ ਨੂੰ ਨਾ ਸਾਡੇ 'ਤੇ ਅੰਦਰ ਜਾਣਾ ਦੇਵੇ, ਜਿਹੜੇ ਬੰਦੇ ਬਾਹਰ ਮੋੜ 'ਤੇ ਖੜ੍ਹੇ ਨੇ ਬਾਹਰ ਪਿੰਡਾਂ ਦੇ, ਉਹਨਾਂ ਨੇ ਇੱਥੇ ਭਜਾਇਆ ਜਾਵੇ। ਸਾਡੇ ਨਾਲ ਜਿਹੜੇ ਐਸ ਪੀ ਮੈਮ ਉਹ ਵੀ ਪਹੁੰਚ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਗੱਲ ਹੋਈ ਹੈ ਸਾਰੀ। ਮੈਮ ਸਾਡੇ ਮੈਮ ਕੋਈ ਜਿਹੜੀ ਗੱਲਬਾਤ ਹੋ ਰਹੀ ਹੈ ਕਿ ਇਹਨਾਂ ਰੋਲਾ ਗੱਲਾਂ ਪੈ ਰਿਹਾ ਕਿ ਕੀ ਗੱਲ ਹੈ, ਕਿਉਂ ਨਹੀਂ ਹਟ ਰਿਹਾ ਗਿਆ ਲੋਕ? ਇਹ ਕੁਛ ਨਹੀਂ ਹੈ, ਨੋਰਮਲ ਪ੍ਰੋਸੈਸ ਚੱਲ ਰਿਹਾ, ਅੰਦਰ ਬਿਲਕੁਲ ਸ਼ਾਂਤੀ ਹੈ, ਉਹ ਜੋ ਵੀ ਹੈ ਆਈ ਡੀ ਪਰੂਫ ਦੇਖ ਕੇ, ਸਾਰੇ ਉਹਨਾਂ ਦੇ ਪਰੂਫ ਦੇਖ ਕੇ ਫਿਰ ਹੀ ਵੋਟ ਪੈ ਰਹੀ ਹੈ। ਗੱਲ ਕਿਤੇ ਇਹ ਕਹਿ ਰਹੇ ਨੇ ਕਿ ਸ਼ਾਂਤਮਈ ਪਹਿਲੇ ਹੋ ਰਹੀ, ਜਦੋਂ ਮੈਮ ਆ ਜਾਂਦੇ ਨੇ ਉਦੋਂ ਸਾਰੇ ਦੂਰੋਂ ਆ ਜਾਂਦੇ ਨੇ, ਪਰ ਕਰ ਦਿੰਦੇ ਐਵੇਂ ਦੀ ਕੋਈ ਗੱਲ ਨਹੀਂ, ਸਾਰਾ ਕੁਛ ਅੰਦਰ ਬਿਲਕੁਲ ਉਹ ਜਿਹੜਾ ਈ ਵੀ ਐਮ ਸਾਰਾ ਪ੍ਰੋਸੈਸ ਸਾਰਾ ਸੇਫ ਹੈ। ਇਹ ਜੋ ਵੀ ਹੋ ਰਿਹਾ ਐਲੀਗੇਸ਼ਨ ਲੱਗ ਰਹੇ ਨੇ ਉਹ ਜਿਹੜਾ ਕਿ ਨੋਰਮਲ ਇੱਕ ਪਾਰਟੀਬਾਜ਼ੀ ਕਰਕੇ ਇੱਕ ਦੂਜੇ 'ਤੇ ਐਲੀਗੇਸ਼ਨ ਲੱਗ। ਮੈਮ ਦਾ ਕਹਿਣਾ ਕਿ ਸਾਫ਼ ਤੌਰ 'ਤੇ ਜੋ ਵੀ ਪਾਰਟੀਬਾਜ਼ੀ ਕਰਕੇ ਐਲੀਗੇਸ਼ਨ ਲਗਾਏ ਜਾ ਰਹੇ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਸ਼ਾਂਤਮਈ ਤਰੀਕੇ ਨਾਲ ਅਸੀਂ ਜੋ ਵੀ ਹੈ ਪੋਲਿੰਗ ਕਰਵਾ ਰਹੇ ਹਾਂ, ਅਤੇ ਤੁਸੀਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਪੁਲਿਸ ਫੋਰਸ ਇੱਥੇ ਖੜ੍ਹੀ ਕੀਤੀ ਹੋਈ ਹੈ ਅਤੇ ਜਿਹੜੇ ਲੋਕਾਂ ਨੂੰ ਜਿਹੜੇ ਹੈਗੇ ਸਾਰਿਆਂ ਨੂੰ ਸਾਈਡ ਕਰ ਰਹੇ ਨੇ।
ਪਟਿਆਲਾ ਤੋਂ ਕੈਮਰਾਮੈਨ ਆਸ਼ੂ ਦੇ ਨਾਲ ਕੁਲਿੰਦਰ ਘੁੰਮਣ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84 374 94 647 84 374 94 648। बाबा सुल्तान बंगाली 21 बार गोल्ड मेडलिस्ट, सारिया थावा तो निराश थे मायूस होने वाली एक बार फोन जरूर करो, जी में चाहोगे ओवे होएगा। इट्स माय प्रॉमिस इमीडिएटली रिजल्ट ओपन चैलेंज इल्मा दिमाही रे टू जेड समस्यावां दा फोन ते घर बैठे करवाओ हल। वशीकरण ते मुठकरनी, लव मैरिज, सौतन ते दुश्मन तो छुटकारा, पक्का काम पक्का हल, 101% गारंटी, अस्टाम पेपर ते लिख के सब तो पहला काम करन दा वादा, नौकरी प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी जानबन, जादू टोना, मनमोड़ी वशीकरण करवाओ जा तुड़वाओ। ਸੇ ਨੂੰ ਬਣਾਉਣਾ ਫੋਨ 95603 92 450 95603 92 451। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।